ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਸੀਨੀਅਰ ਸਕੰਟਰੀ ਕਲਾਸਿਸ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 4 ਮਾਡਲਸ ਉਸ ਦੀ ਐਕਸਰਸਾਈਜ਼ 7 8 ਐਂਡ 9 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਫਿਲਿੰਗ ਦੀ ਬਲੈਂਕਸ ਜਿਹੜੇ ਤੁਹਾਡੇ ਲਈ ਭਰੇ ਜਾ ਰਹੇ ਨੇ ਉਹਨਾਂ ਨੂੰ ਨੋਟ ਡਾਊਨ ਕਰ ਲਓ ਪਰ ਮਗਰੋਂ ਦੀ ਇਹਨਾਂ ਐਕਸਰਸਾਈਜ਼ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਤੁਸੀਂ ਅਭਿਆਸ ਜ਼ਰੂਰ ਕਰੋ ਸੋ ਇੱਥੇ ਪਹਿਲਾ ਹੈਗਾ ਬੱਚਿਓ ਇੱਥੇ ਵਿਲ ਆਏਗਾ ਵਿਲ ਯੂ ਪਲੀਜ਼ ਸਟਾਪ ਟਾਕਿੰਗ ਜਦੋਂ ਆਰਡਰ ਦੇਣਾ ਹੋਵੇ ਕਿਸੇ ਨੂੰ ਹੁਕਮ ਕਰਨਾ ਹੋਵੇ ਥੋੜਾ ਜਿੱਦਾਂ ਕਮਾਂਡਿੰਗ ਟੋਨ ਵਿੱਚ ਕਰਨਾ ਹੈ ਵਿਲ ਯੂ ਪਲੀਜ਼ ਸਟਾਪ ਟਾਕਿੰਗ ਕੀ ਕੀ ਰੱਬ ਦੇ ਵਾਸਤੇ ਕਿਰਪਾ ਕਰਕੇ ਤੂੰ ਬੋਲਣਾ ਬੰਦ ਕਰੇਗਾ ਜਾਂ ਵਿਲ ਯੂ ਕੀਪ ਕਵਾਈਟ ਕੀ ਚੁੱਪ ਦਾ ਦਾਨ ਬਖਸ਼ੇਗਾ ਸੋ ਤਾਂ ਅਸੀਂ ਵਿਲ ਵਰਤਦੇ ਹਾਂ ਯੂ ਮੇ ਗੋ ਹੋਮ ਵੈਨ ਏਵਰ ਯੂ ਲਾਈਕ ਮਾਈਟ ਤੇ ਨਹੀਂ ਆਏਗਾ ਕਿਉਂਕਿ ਤੇ ਪਾਸਟ ਟੈਂਸ ਨਹੀਂ ਹੈਗਾ ਪ੍ਰੈਜ਼ੈਂਟ ਟੈਂਸ ਹੈਗਾ ਜਦੋਂ ਤੈਨੂੰ ਠੀਕ ਲੱਗੇ ਤੂੰ ਜਾ ਸਕਦਾ ਐ ਜਦੋਂ ਤੇਰਾ ਮਨ ਚਾਹੇ ਜਦੋਂ ਤੇਰੀ ਇੱਛਾ ਹੋਵੇ ਤੂੰ ਘਰ ਜਾ ਸਕਦਾ ਹੈ ਵੀ ਸ਼ੁੱਡ ਨਾਟ ਟੈਲ ਲਾਇ ਇਸ ਸ਼ੁੱਡ ਆਏਗਾ ਵੁੱਡ ਤੇ ਬਿਲਕੁਲ ਨਹੀਂ ਆਏਗਾ ਇੱਥੇ ਵੀ ਸ਼ੁੱਡ ਨਾਟ ਟੈਲ ਲਾਇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੋ ਫਰਜ਼ ਹੈਗਾ ਯੂ ਸ਼ਲ ਗੈਟ ਅ ਪ੍ਰਾਈਸ ਇਫ ਯੂ ਫਿਨਿਸ਼ ਯਰ ਵਰਕ ਵਿਲ ਨਹੀਂ ਆਏਗਾ ਜਦੋਂ ਇਹਦਾ ਪ੍ਰੋਮਿਸ ਹੈਗਾ ਯੂ ਸ਼ਲ ਗੈਟ ਅ ਪ੍ਰਾਈਸ ਮਰੀਕ ਇੱਕ ਵਾਦਾ ਕੀਤਾ ਜਾ ਰਿਹਾ ਹੈ عہد ਕੀਤਾ ਜਾ ਰਿਹਾ ਹੈ ਕਿ ਜੇ ਤੂੰ ਸਮੇਂ ਸਿਰ ਆਪਣਾ ਕੰਮ ਖਤਮ ਕਰ ਲਿਆ ਤੇ ਤੈਨੂੰ ਇਨਾਮ ਮਿਲੇਗਾ ਕਾਦੇ ਫਿਰ ਅਸੀਂ ਲਈ ਦਾ ਪ੍ਰੋਮਿਸ ਹੋਵੇ ਕਿਸੇ ਗੱਲ ਦਾ ਜੋਰ ਹੋਵੇ ਇੰਟੈਂਸ਼ਨ ਹੋਵੇ ਜਾਂ ਥ੍ਰੈਟ ਹੋਵੇ ਧਮਕੀ ਹੋਵੇ ਹੁਕਮ ਹੋਵੇ ਫਿਰ ਅਸੀਂ ਵਿਲ ਨਹੀਂ ਵਰਤਦੇ ਯੂ ਦੇ ਨਾਲ ਫਿਰ ਅਸੀਂ ਸ਼ੈਲ ਵਰਤਦੇ ਹਾਂ ਠੀਕ ਹੈ ਮਾਈ ਗ੍ਰੈਂਡਮਦਰ ਯੂਜ਼ ਟੂ ਗੋ ਫॉर ਅ ਮਾਰਨਿੰਗ ਵਾਕ ਇਨ ਹਰ ਯੂਥ ਇਨਰ ਯੂਥ ਮੈਨੇ ਆਪਣੀ ਜਵਾਨੀ ਵੇਲੇ ਮੇਰੇ ਦਾਦੀ ਜੀ ਸਵੇਰ ਦੀ ਸੈਰ ਲਈ ਜਾਂਦੀ ਸੀ ਜਦੋਂ ਬੀਤੇ ਵਿੱਚ ਕੋਈ ਆਦਤ ਕੀਤੀ ਜਾਂਦੀ ਸੀ ਆਦਤ ਸੀ ਕਿਸੇ ਚੀਜ਼ ਦਾ ਤੁਸੀਂ ਯੂਜ਼ ਟੂ ਵਰਤਦੇ ਹਾਂ ਠੀਕ ਹੈ he can read and write spanish ਉਹ spanish ਲਿਖ ਅਤੇ ਪੜ੍ਹ ਸਕਦਾ ਹੈ ਕੁੱਢ ਨਹੀਂ ਹੈਗਾ ਕੁੱਢ ਤੇ ਬੀਤੇ ਦੀ ਗੱਲ ਹੋ ਜਾਏਗੀ ਤੇ read and write ਤੇ ਉਹ ਕਲਾ ਹੁੰਦੀ ਹੈ ਜਿਹੜੇ ਬੰਦੇ ਇੱਕ ਵਾਰ ਸਿੱਖ ਲੈਂਦਾ ਤੇ ਉਮਰ ਭਰ ਰਹਿੰਦੀ ਹੈ ਸੋ ਇਹ ਇਹ ਕੋਈ ਗੱਲ ਨਹੀਂ ਬਣੇਗੀ ਕਿ he could read ਵੀ ਉਹ ਪਹਿਲਾਂ spanish ਨੂੰ ਪੜ੍ਹਨੀ ਲਿਖਣੀ ਆਂਦੀ ਸੀ ਤੇ ਹੁਣ ਨਹੀਂ ਆਂਦੀ ਇਦਾਂ ਤੇ ਨਹੀਂ ਹੈਗਾ ਸੋ he can read and write spanish ਉਹਦੇ ਚ ਅਰਥਾਤ ਇਹ ਸਮਰੱਥਾ ਹੈਗੀ ਐਬਿਲਿਟੀ ਹੈ ਕਿ ਉਹ spanish ਨੂੰ ਪੜ੍ਹ ਲਿਖ ਸਕਦਾ ਹੈ the rich should help the poor the rich ਦਾ ਮਤਲਬ ਕਿ ਅਮੀਰ deep poor गरीब गरीबों मूड अमीरा नु गरीबा दी मदद करनी चाहिदी है शुड इफ यू हैव अ टिकट यू मे गो इनसाइड जे ਤੁਹਾਡੇ ਕੋਲ ਟਿਕਟ ਹੈ ਤੇ ਤੁਸੀਂ ਅੰਦਰ ਜਾ ਸਕਦੇ ਹੋ ਹੀ ਯੂ ਹੈਵ ਦਾ ਪਰਮਿਸ਼ਨ ਟੂ ਗੋ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਹੈ ਹੀ ਸੈਡ ਦੈਟ ਇਟ ਕੁਡ ਬੀ ਟਰੂ ਉਹਨੇ ਕਿਹਾ ਕਿ ਉਹ ਗੱਲ ਸੱਚੀ ਹੋ ਸਕਦੀ ਸੀ ਕਿਉਂਕਿ ਸੈਡ ਹੈਗਾ ਇੱਥੇ ਸੋ ਹੀ ਸੇਜ਼ ਦੈਟ ਇਟ ਕੈਨ ਬੀ ਟਰੂ ਮਿਲਕੀ ਉਹ ਕਹਿੰਦਾ ਹੈ ਵੀ ਇਹ ਗੱਲ ਸੱਚੀ ਹੋ ਸਕਦੀ ਹੈ ਫਿਰ ਤੇ ਜੇਗਾ ਪ੍ਰੈਜ਼ੈਂਟ ਟੈਂਸ ਫਿਰ ਤੇ ਜੇਗਾ ਹੀ ਸੇਜ਼ ਦੈਟ ਇਟ ਕੈਨ ਬੀ ਟru ਫਿਰ ਇਹ ਕਹਿਣਾ ਆਏਗਾ ਪਰ ਇੱਥੇ ਕਿਉਂਕਿ ਸੈਡ ਹੈਗਾ ਸੋ ਕੈਨ ਦਾ ਬਣ ਜਾਏਗਾ ਕੁਡ ਹੀ ਸੈਡ ਦੈਟ ਇਟ ਕੁਡ ਬੀ ਟru ਅਗਲ ਸਹੀ ਹੋ ਸਕਦੀ ਸੀ ਕੈਨ ਯੂ ਹਿਅਰ ਦੈਟ ਸਾਉਂਡ ਵੀ ਜਿੱਦਾਂ ਕੋਈ ਆਵਾਜ਼ ਆ ਰਹੀ ਹੈ ਤੇ ਮੈਨੂੰ ਸੁਣ ਰਹੀ ਹੈ ਨਾਲ ਇੱਕ ਬੰਦਾ ਹੋਰ ਬੈਠਾ ਹੈ ਤੇ ਮੈਂ ਕਿਹਾ ਯਾਰ ਦੇਖੀ ਤੈਨੂੰ ਤੇਰੀ ਕੰਨੀ ਆਵਾਜ਼ ਪੈ ਰਹੀ ਹੈ ਤੈਨੂੰ ਸੁਣ ਰਹੀ ਹੈ ਤੇ ਅੰਗਰੇਜ਼ੀ ਜਿੱਦਾਂ ਕਹਿੰਗੇ ਕੈਨ ਯੂ ਹਿਅਰ ਦੈਟ ਸਾਉਂਡ ਠੀਕ ਹੈ ਅੱਗੇ ਚੱਲੀਏ exercise 8 i tried to climb up the tree but could not tried ਕਿਉਂਕਿ ਪਾਸਟ ਟੈਂਸ ਹੈਗਾ ਮੈਂ ਰੁੱਖ ਤੇ ਚੜਨ ਦਾ ਯਤਨ ਕੀਤਾ ਪਰ ਚੜ ਨਹੀਂ ਸਕਿਆ but could not ਤਾਂ ਕੋਡ ਆਏਗਾ tried ਸੀਗਾ ਪਾਸਟ ਟੈਂਸ ਤੇ can ਦਾ ਕੋਡ ਬਣ ਜਾਏਗਾ he worked hard so that he might win the gold medal worked ਹੈਗਾ ਇਸ ਕਰਕੇ might ਆ ਜਾਏਗਾ ਜੈਸੇ ਕਿ ਇਹ ਹੀ ਇਜ਼ ਵਰਕਿੰਗ ਹਾਰਡ ਸੋ ਥੈਟ ਹੀ ਮੇ ਵਿਨ ਦਾ 골ਡ ਮੈਡਲ ਫੇ ਮੇ ਆਏਗਾ ਜੇ ਪ੍ਰੈਜ਼ੈਂਟ ਟੈਂਸ ਹੋਵੇ ਕਿਉਂਕਿ ਵਰਕਡ ਪਾਸਟ ਟੈਂਸ ਹੈਗਾ ਤੇ ਮੇ ਦਾ ਮਾਈਟ ਬਣ ਜਾਏਗਾ ਹੀ ਵਰਕਡ ਹਾਰਡ ਸੋ ਥੈਟ ਹੀ ਮਾਈਟ ਵਿਨ ਦੀ 골ਡ ਮੈਡਲ ਵੁੱਡ 댓 ਆਈ ਵਰ ਅ ਪ੍ਰਿੰਸੈਸ ਕਾਸ਼ ਮੈਂ ਇੱਕ ਰਾਜਕੁਮਾਰੀ ਹੁੰਦੀ ਜਦੋਂ ਇਦਾਂ ਵਿਸਮਕਚੇ ਨੋਵੇ ਤੇ 댓 ਹੋਵੇ ਤੇ ਇਦਾਂ ਲੇ ਜ਼ਿਆਦਾਤਰ ਇਥੇ ਵੁੱਡ ਆਏਗਾ ਵੁੱਡ 댓 ਕਾਸ਼ ਵੁੱਡ ਦੈਟ ਦੀ ਜਗ੍ਹਾ ਅਸੀਂ ਕਹਿ ਸਕਦੇ ਇਫ ਆਈ ਵਰ ਅ ਪ੍ਰਿੰਸ ਇਫ ਆਈ ਵਰ ਅ ਪ੍ਰਿੰਸੈਸ ਇਸ ਲਈ ਵੁੱਡ ਦੈਟ ਆਈ ਵਰ ਅ ਪ੍ਰਿੰਸੈਸ ਫਿਰ ਡੈਥ ਕੈਨ ਕਮ ਐਨੀ ਟਾਈਮ ਇਹ ਹੈ ਕਿ ਬੱਚਿਓ ਅਸੀਂ ਕਹਿ ਸਕਦੇ ਇਹਨੂੰ ਥਿਓਰੀਟੀਕਲ ਪ੍ਰੋਬੈਬਿਲਟੀ ਪਿਆ ਤੇ ਕਦੀ ਵੀ ਹੋ ਸਕਦਾ ਹੈ ਇਹਦਾ ਕੋਈ ਸਮਾਂ ਨਿਸ਼ਚਿਤ ਨਹੀਂ ਠੀਕ ਹੈ ਨਾ ਸੋ ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ ਅਸੀਂ ਇੱਕਦਮ ਦੇ ਆਦਮੀ ਹਾਂ ਆ ਦਮ ਦਮ ਆਂਦਾ ਤੇ ਅਸੀਂ ਆਦਮੀ ਆ ਗਏ ਹਾਂ ਦਮ ਨਹੀਂ ਆਂਦਾ ਤੇ ਖਤਮ ਮੋਹਲਤ ਮੋਹਤ ਨਾ ਜਾਣਾ ਗੁਰਬਾਣੀ ਚ ਲਿਖਿਆ ਇਦਾਂ ਸੋ ਡੈਥ ਕੈਨ ਕਮ ਐਨੀ ਟਾਈਮ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ ਮੇ ਯੂ ਪ੍ਰੋਸਪਰ ਇਨ ਲਾਈਫ ਪ੍ਰੋਸਪਰ ਹੁੰਦਾ ਹੈ ਖੁਸ਼ਹਾਲ ਹੋਣਾ ਰੱਬ ਕਰੇ ਮਤਲਬ ਕਿ ਮੇਰੀ ਇਹ ਇੱਛਾ ਹੈ ਮੇਰੀ ਤੈਨੂੰ ਇਹ ਦੁਆ ਹੈ ਮੇਰੀ ਤੈਨੂੰ ਇਹ ਸ਼ੁਭ ਕਾਮਨਾ ਹੈ ਕਿ ਤੂੰ ਜ਼ਿੰਦਗੀ ਵਿੱਚ ਖੁਸ਼ਹਾਲੀ ਹਾਸਲ ਕਰੇ ਤਰੱਕੀ ਕਰੇ ਠੀਕ ਹੈ ਸੋ ਕਾਰਸ ਮਸਟ ਨਾਟ ਬੀ ਪਾਰਕਡ ਇਨ ਫਰੰਟ ਆਫ ਦੀ ਗੇਟ ਮਤਲਬ ਕੰਪਲਸ਼ਨ ਹੈ ਕਿ ਕਾਰਾਂ ਗੇਟ ਦੇ ਮੋਰੇ ਬਿਲਕੁਲ ਵੀ ਪਾਰਕ ਨਹੀਂ ਕਰਨੀਆਂ ਚਾਹੀਦੀਆਂ ਮੇ ਮਲਕੀ ਹੈ ਇਹ ਤੁਹਾਡੀ ਇੱਛਾ ਨਹੀਂ ਹੈ ਇਜਾਜ਼ਤ ਨਹੀਂ ਹੈ ਮਸਟ ਨਾਟ ਕਦੀ ਵੀ ਗੇਟ ਦੇ ਮੋਰੇ ਕਾਰ ਗੱਡੀ ਨਹੀਂ ਪਾਰ ਕਰਨੀ ਚਾਹੀਦੀ ਕੰਪਲਸ਼ਨ ਹੈ ਠੀਕ ਹੈ ਸ਼ੀ ਇਸ 3 ਇਅਰਸ 올ਡ ਉਹ 3 ਸਾਲਾਂ ਦੀ ਹੈ ਬਟ ਸ਼ੀ ਕੈਨ ਨਾਟ ਸਪੀਕ ਐਸ ਜੈਟ ਪਰ ਉਹ ਹੱਲੇ ਵੀ ਬੋਲ ਨਹੀਂ ਸਕਦੀ ਇਹ ਸਮਰੱਥਾ ਦੱਸਾ ਰਿਹਾ ਕੈਨ ਨਾਟ ਸਪੀਕ ਐਸ ਜੈਟ ਐਸ ਜੈਟ ਮੈਨੇ ਹੱਲੇ ਤੱਕ ਵੀ 3 ਸਾਲਾਂ ਦੀ ਹੋ ਗਈ ਹੈ ਪਰ ਹੱਲੇ ਵੀ ਉਹ ਬੋਲ ਨਹੀਂ ਸਕਦੀ ਯੂ ਸ਼ੈਲ ਨਾਟ ਡਰਿੰਕ ਹੇਅਰ ਯੂ ਸ਼ੈਲ ਨਾਟ ਆਰਡਰ ਹੈ ਤੁਸੀਂ ਇੱਥੇ ਨਹੀਂ ਪੀਓਗੇ ਇੱਥੇ दारू ਨਹੀਂ ਪੀਓਗੇ ਵਿਲ ਨਹੀਂ ਆਏਗਾ ਕਿਉਂਕਿ ਇੱਥੇ ਗੱਲ ਇੱਕ ਕਿਸਮ ਦੀ ਉਹਨੂੰ ਆਰਡਰ ਦਿੱਤਾ ਜਾ ਰਿਹਾ ਹੈ ਜਾਂ ਉਹਨੂੰ ਚੇਤਨਨ ਕੀਤਾ ਜਾ ਰਿਹਾ ਹੈ ਸਾਵਧਨ ਕੀਤਾ ਜਾ ਰਿਹਾ ਹੈ ਕਿ ਇਹ ਕੰਮ ਇੱਥੇ ਨਹੀਂ ਕਰਨਾ ਤੇ ਅਸੀਂ ਯੂ ਵਿਲ ਨਹੀਂ ਕਵਾਂਗੇ ਯੂ ਸ਼ਲ ਨਾਟ ਡਰਿੰਕ ਹੇਅਰ ਇਫ ਇਟ ਸ਼ੁੱਡ ਰੇਨ ਇਫ ਇਟ ਸ਼ੁੱਡ ਰੇਨ ਜਦੋਂ ਹੁੰਦਾ ਹੈ ਇਹ ਕੰਡੀਸ਼ਨਲ ਹੈ ਜੇ ਬਾਈ ਜੇ ਕਦੀ ਜੇ ਇੱਥੇ ਨਹੀਂ ਪਵੇ ਇਫ ਇਟ ਸ਼ੁੱਡ ਰੇਨ ਜੇ ਮੀ ਪਿੰਦਾ ਹੈ ਵੀ ਵਿਲ ਹੈਵ ਅ ਹੌਲੀਡੇ ਫਿਰ ਸਾਡੀ ਛੁੱਟੀ ਹੋ ਜਾਏਗੀ ਠੀਕ ਹੈ ਫਿਰ ਸਾਡੀ ਵੀ ਛੁੱਟੀ ਮਨਾਵਾਂਗੇ ਸੋ ਵੁੱਡ ਯੂ ਮਾਈਂਡ ਮਾਈ ਸਿਟਿੂਇੰਗ ਹੇਅਰ ਵੁੱਡ ਯੂ ਐ ਇੱਕ ਰਿਕੁਐਸਟ ਹੁੰਦੀ ਹੈ ਫਾਰਮਲ ਤੌਰ ਤੇ ਕਿਸੇ ਨੂੰ ਸਤਿਕਾਰ ਵਜੋਂ ਕਹਿਣਾ ਹੋਏ ਵੀ ਮੇਰੇ ਇੱਥੇ ਬੈਠਣਾ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਹੈਗਾ ਜੀ ਜੇ ਮੈਂ ਇੱਥੇ ਬਹਿ ਜਾਵਾਂ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਸੋ ਅੰਗਰੇਜ਼ੀ ਵਿੱਚ ਕਹਾਂਗੇ ਵੁੱਡ ਯੂ ਮਾਈਂਡ ਮਾਈ ਸਿਟਿੂਇੰਗ ਹੇਅਰ ਅਗਲੀ ਚਲੀ ਐਕਸਰਸਾਈਜ਼ 9 ਯੂ ਆਟ ਟੂ ਹੈਲਪ ਦਾ ਨੀਡੀ ਐ ਮੋਰਲ ਆਬਲੀਗੇਸ਼ਨ ਹੈ ਆਟ ਟੂ ਹੈਲਪ ਨੀਡੀ ਮੈਨੇ ਲੋਡ ਬੰਦ ਤਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਇਹ ਆਰ ਟੂ ਹੈ ਮੋਰਲ ਨੈਤਿਕ ਕਿਸੇ ਦਾ ਫਰਜ਼ ਹੈਗਾ ਠੀਕ ਹੈ ਇਫ ਆਰ ਯੂ ਜੇ ਮੈਂ ਤੇਰੀ ਥਾਂ ਹੁੰਦਾ ਇਹ ਦੇਖੋ ਅਸੀਂ ਪੰਜਾਬੀ ਚ ਕਹਿੰਦੇ ਹਾਂ ਨਾ ਮੈਂ ਜੇ ਤੇਰੀ ਥਾਂ ਹੁੰਦਾ ਤੇ ਅੰਗਰੇਜ਼ੀ ਵਿੱਚ ਕਿੱਦਾਂ ਕਵਾਂਗੇ ਇਫ ਆਈ ਵਰ ਯੂ ਤੇ ਵਰ ਤੋਂ ਬਾਅਦ ਜ਼ਿਆਦਾਤਰ ਵਰ ਦਾ ਜਿਹੜਾ ਦੂਜਾ ਹੁੰਦਾ ਨਾ ਆਈ ਵਰ ਯੂ ਤੇ ਫਿਰ ਅੱਗੇ ਵੁਡ ਆਂਦਾ ਜ਼ਿਆਦਾਤਰ ਯਾਦ ਰੱਖਣਾ ਕੰਡੀਸ਼ਨ ਆਈ ਵੁਡ ਨਾਟ ਬਿਲੀਵ ਲਾਈਕ ਦੈਟ ਆਈ ਵੁਡ ਨਾਟ ਬਿਹੇਵ ਲਾਈਕ ਦੈਟ ਤੇ ਮੈਂ ਇਦਾਂ ਵਿਹਾਰ ਨਹੀਂ ਕਰਨਾ ਸੀ ਮੈਂ ਇਦਾਂ ਵਰਤਾਰਾ ਨਹੀਂ ਕਰਨਾ ਸੀ ਜਿੱਦਾਂ ਤੂੰ ਕੀਤਾ ਇਹ ਫਾਈਵਰ ਜੇ ਮੇਰੀ ਥਾਂ ਹੁੰਦਾ ਤੇ ਮੈਂ ਇਦਾਂ ਨਾ ਕਰਦਾ ਠੀਕ ਹੈ ਆਈ ਵਿਲ ਨੈਵਰ ਟੈਲ ਅ ਲਾਈ ਇੱਥੇ ਵਿਲ ਮੈਂ ਅੰਡਰਲਾਈਨ ਨਹੀਂ ਕੀਤਾ ਆਈ ਵਿਲ ਡਿਟਰਮੀਨੇਸ਼ਨ ਆਈ ਹਰ ਵੀ ਦੇ ਨਾਲ ਜ਼ਿਆਦਾਤਰ ਸ਼ੈਲ ਆਂਦਾ ਜੇ ਸਿੰਪਲ ਫਿਊਚਰ ਹੋਵੇ ਪਰ ਆਈ ਵਿਲ ਨੈਵਰ ਟੈਲ ਅ ਲਾਈ ਡਿਟਰਮੀਨੇਸ਼ਨ ਵੀ ਮੈਂ ਕਦੀ ਵੀ ਝੂਠ ਨਹੀਂ ਬੋਲਾਂਗਾ ਸੋ ਇੱਥੇ ਅੰਡਰਲਾਈਨ ਕਰਨਾ ਮੈਂ ਰਹਿ ਗਿਆ ਸੀਗਾ ਇਹ ਤੁਸੀਂ ਕਰ ਲਿਓ ਤੁਹਾਨੂੰ ਪਤਾ ਹੀ ਹੈ ਅੰਡਰਲਾਈਨ ਹੈਗਾ ਇੱਥੇ ਠੀਕ ਹੈ ਜੀ ਸੋ ਹੀ ਟੋਲਡ ਮੀ ਦੈਟ ਹੀ ਵੁੱਡ ਨਾਟ ਲੈਟ ਮੀ ਡਾਊਨ ਲੈਟ ਮੀ ਡਾਊਨ ਹੁੰਦਾ ਬੱਚੇ ਮੈਨੂੰ ਡਿਸਪਾਇੰਟ ਕਰਨਾ ਨਿਰਾਸ਼ ਕਰਨਾ ਤੇ ਹੀ ਟੋਲਡ ਮੀ ਹੁਣ ਕਿ ਟੋਲਡ ਹੈਗਾ ਸੋ ਵਿਲ ਦੀ ਜਗ੍ਹਾ ਵੁੱਡ ਬਣ ਜਾਏਗਾ ਪਾਸਟ ਟੈਂਸ ਆਏਗਾ ਹੀ ਟੋਲਡ ਮੀ ਥੈਟ ਹੀ ਵੁੱਡ ਨਾਟ ਲੈਟ ਮੀ ਡਾਊਨ ਵਾਕ ਸਲੋਲੀ ਹੌਲੀ ਤੁਰੋ ਲੈਸਟ ਯੂ ਸ਼ੁੱਡ ਸਟੰਬਲ ਕਿਤੇ ਠੇਡਾ ਨਾ ਖਾ ਜਿਓ ਲੈਸਟ ਜਿੱਥੇ ਆਵੇ ਬੱਚਿਓ ਉਹਦੇ ਨਾਲ ਹਮੇਸ਼ਾ ਇਹਦਾ ਜੋੜੀਦਾਰ ਸ਼ੁੱਡ ਹੁੰਦਾ ਯਾਦ ਰੱਖਣਾ ਲੈਸਟ ਦੇ ਨਾਲ ਹਮੇਸ਼ਾ ਸ਼ੁੱਡ ਆਂਦਾ ਹੋਰ ਕੋਈ ਦੂਜਾ ਕੋਈ ਮਾਡਲ ਨਹੀਂ ਆਂਦਾ ਮਾਈ ਅੰਕਲ ਮਸਟ ਹੈਵ ਰੀਚਡ ਬਾਈ ਨਾਉ ਪੋਸਿਬਿਲਟੀ ਵੀ ਮੇਰੇ ਅੰਕਲ ਹੁਣ ਤੱਕ ਪਹੁੰਚ ਚੁੱਕੇ ਹੋਣਗੇ ਮਤਲਬ ਕਿ ਜਿੱਦਾਂ ਸਪੋਜ਼ ਮੇਰੇ ਅੰਕਲ ਘਰ ਆਏ ਸੀਗੇ ਇੱਥੋਂ ਦੀ ਹੁਣ ਘਰ ਗਏ ਨੇ ਘਰ ਜਾਣਾ ਆਪਣੇ ਤੇ ਮੈਨੂੰ ਪਤਾ ਹੈ ਕਿ ਅੱਧਾ ਘੰਟਾ ਉਹਨਾਂ ਦੇ ਘਰ ਤੱਕ ਲੱਗਦਾ ਤੇ ਮੈਂ 30 35 ਮਿੰਟ ਹੋ ਗਏ ਨੇ ਤੇ ਮੈਂ ਕਿ ਮਾਈ ਅੰਕਲ ਮਸਟ ਹੈਵ ਰੀਚਡ ਬਾਇਨੋ ਵੀ ਮੇਰੇ ਅੰਕਲ ਹੁਣ ਤੱਕ ਉੱਥੇ ਜਿੱਥੇ ਜਾਣਾ ਸੀ ਉੱਥੇ ਪਹੁੰਚ ਗਏ ਹੋਣਗੇ ਸੋ ਇਦਾਂ ਤਾਂ ਅਸੀਂ ਜਿਆਤਰ ਹਮੇਸ਼ਾ ਮਸਟ ਲਿਖਦੇ ਹਾਂ ਦੀ ਪੇਸ਼ੀਐਂਟ ਇਜ਼ ਕ੍ਰਿਟੀਕਲ ਮਰੀਜ਼ ਗੰਭੀਰ ਹੈ ਅਰਥਾਤ ਮਰੀਜ਼ ਦੀ ਹਾਲਤ ਬੜੀ ਨਾਜ਼ੁਕ ਹੈ he must be taken to the hospital ਉਹਨੂੰ ਯਕਦਮ ਇਮੀਡੀਏਟਲੀ ਫਟਾਫਟ ਹਸਪਤਾਲ ਲੈ ਕੇ ਜਾਣਾ ਚਾਹੀਦਾ ਜਦੋਂ ਇਹਦਾ ਕੰਪਲਸ਼ਨ ਹੋਵੇ ਮਤਲਬ ਮਜਬੂਰੀ ਪੂਰਾ ਜੋਰ ਹੈਗਾ ਪ੍ਰੈਸ਼ਰ ਪੈ ਰਿਹਾ ਪਿਆ ਤੇ ਬਹੁਤ ਹਾਲਤ ਖਰਾਬ ਹੈ ਇਹਨੂੰ ਫਟਾਫਟ ਲੈ ਕੇ ਜਾਓ ਤਦ ਅਸੀਂ ਸ਼ੁੱਡ ਜਾਂ ਔਰ ਟੂ ਨਹੀਂ ਕਵਾਂਗੇ ਫਿਰ ਮਸਟ ਕਵਾਂਗੇ ਮਸਟ ਯੂ ਸ਼ੁੱਡ ਨਾਟ ਲਾਫ ਐਟ ਹਰ ਮਿਸਟੇਕਸ ਐ ਇੱਕ ਕਿਸਮ ਦੀ ਜਿੱਦਾਂ ਕਹਿ ਲਓ ਵੀ ਮੈਂ ਇੱਥੇ ਅੰਡਰਲਾਈਨ ਕਰਨਾ ਰਹਿ ਗਿਆ ਕਰ ਲਓ ਅੰਡਰਲਾਈਨ ਤੁਸੀਂ ਸ਼ੁੱਡ ठीक है जी यू शुड नॉट लाफ यू शुड नॉट लॉफ एट हर मिसटेक्स मतलब कि किसम की मॉरल ऑब्लीकेशन है या यू ऑट नॉट यू ऑट टू भी लिख सकते यू ऑट टू नॉट लाफ एट अदरस या यू शुड नॉट लॉफ एट हर मिसटेक भी इतना चंगा नहीं लगता वो गलतियाँ तेनों हसना नहीं चाहिए वो गलतियों का मजाक नहीं उड़ाना चाहिए हाउ डेयर यू कॉल हर नेम्स हूँ वह कॉल नेम की होंगे कॉल नेम हों गांडनियाँ ਕੜਾ ਬੁਰਣਾ ਬੁਰਬਲਾ ਕਹਿਣਾ ਕਹਿੰਦੇ ਹਾਊ ਡੇਅਰ ਯੂ ਕਾਲ ਹਰ ਨੇਮਸ ਤੇਰੀ ਹਿੰਮਤ ਕਿੱਦਾਂ ਹੋਈ ਉਹਨੂੰ ਗਾਲਾਂ ਕੱਢਣ ਦੀ ਤਾਂ ਤੁਸੀਂ ਕਹਿੰਦੇ ਡੇਅਰ ਇਹ ਤੇ ਕੁਐਸਚਨ ਮਾਰ ਗਿਆ ਹਾਊ ਡੇਅਰ ਯੂ ਤੇਰੀ ਉਹਨੂੰ ਗਾਲਾਂ ਕੱਢਣ ਦੀ ਹਿੰਮਤ ਕਿੱਦਾਂ ਹੋ ਗਈ ਠੀਕ ਹੈ ਫਿਰ ਆਈ ਯੂਜ਼ ਟੂ ਪਲੇ ਹਾਕੀ ਯੂਜ਼ ਟੂ ਪਲੇ ਹਾਕੀ ਵੈਨ ਆਈ ਵਾਸ ਅ ਸਟੂਡੈਂਟ ਮੈਂ ਹੁੰਨੀ ਸਟੂਡੈਂਟ ਹੈਗਾ ਵੈਨ ਆਈ ਵਾਸ ਅ ਸਟੂਡੈਂਟ ਜਦੋਂ ਮੈਂ ਵਿਦਿਆਰਥੀ ਸੀ ਇਹ ਦੇਖੋ ਪਾਸਟ ਹੈਬਿਟ ਬੀਤੇ ਦੀ ਕੋਈ ਆਦਤ ਹੈ ਫਿਰ ਅਸੀਂ ਯੂਜ਼ ਕਰਦੇ ਹਾਂ ਯੂਜ਼ ਟੂ ਆਈ ਯੂਜ਼ ਟੂ ਪਲੇ ਹਾਕੀ ਵੈਨ ਆਈ ਵਾਸ ਅ ਸਟੂਡੈਂਟ ਮੈਂ ਜਦੋਂ ਵਿਦਿਆਰਥੀ ਸੀ ਉਦੋਂ ਮੈਂ ਹਾਕੀ ਖੇਡਿਆ ਕਰਦਾ ਸੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਮਾਡਲਸ ਚੈਪਟਰ ਦੀਆਂ ਐਕਸਰਸਾਈਜ਼ਸ 7 8 ਤੇ 9 ਤੇ ਤੁਸੀਂ ਇਸੇ ਤਰ੍ਹਾਂ ਨੀਮ ਦੇ ਨਾਲ ਅਨੁਸ਼ਾਸਨ ਨਾਲ ਪੜਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਬ ਰੱਖਾ ਥੈਂਕ ਯੂ ਵੈਰੀ ਮਚ